इस वेले दी अहम खबर, पंजाब दे समूह स्कूल कॉलेज 31 मार्च तक बंद कर दिते गए ने। दरअसल पंजाब च लगातार वध रहे कोरोना मामलियां नूं लैके पंजाब सरकार वल्लों इह फैसला लिया गया है। कैप्टन अमरिंदर सिंह वल्लों अज पंजाब दे वख-वख जिलियां दे डीसीज SSP अते होर उच्च अधिकारियां नाल कीती गई कोविड रिव्यू मीटिंग तों बाद इह फैसला लिया गया है। पंजाब सरकार ने कहा कि कोरोना मामलियां दे मद्देनजर 31 मार्च तक पंजाब दे स्कूल अते कॉलेज बंद रहेंगे। सरकार ने कहा कि इस दौरान होने वाली कॉलेजों दी परीक्षावां भी रद्द कर दित्तियां जाणगियां। दस्योग है कि पिछले 24 घंटों दौरान राज्य विच 2,387 कोरोना मरीज पॉजिटिव मिले ने, जदों कि 32 लोगों की मौत हो चुकी है। जलंधर विच सब तो वध 463 नवे कोरोना मरीज आए ने। उत्थे हुशियारपुर विच 8 लोगों की मौत हो गई है। लुधियाना विच कोरोना दे 237 नवे मामले सामने आए ने। अमृतसर विच 237, मोहाली विच 214, हुशियारपुर विच 216, पटियाला विच 187, रूपनगर विच 165, नवां शहर विच 143 अते कपूरथला विच 101 मामले सामने आए ने। पंजाब सरकार ने कोरोना वायरस दे वध रहे मामलियां दे मद्देनजर राज दे 10 जिलियां विच रात दे कर्फ्यू दे समें विच भी तब्दीली कीती है। पहला कर्फ्यू दा समा रात 11 बजे सी, पर हुण रात 9 बजे तों सवेरे 5 बजे तक लागू कर दिता गया है। इस तों इलावा मास्क ना पाउण वालियां दे हर रोज़ 2,000 तों वध चलान कट्टे जा रहे ने। विश्व प्रसिद्ध डेरा राधा स्वामी सत्संग ब्यास एक बार फिर तो सुर्खियां दे विच है, जिसका कारण है कि कोरोना काल तो बंद चले आ रहे डेरे दी ट्रस्ट वालों जिथे मार्च महीने विच डेरा खोल दिते जान दी गल कही गई सी, उथे ही डेरा ब्यास वालों हले होर समा डेरा बंद रखन दी खबर है। जिक्रयोग है कि डेरा राधा स्वामी सत्संग ब्यास नाल करोड़ां दी गिनती दे विच श्रद्धालु अध्यात्मक तौर ते जुड़े होए ने। बीते साल दी शुरुआत विच ही कोरोना दे वधदे केसां नूं देखदिआं अते एहतियात वजों डेरा ब्यास वल्लों सारे भंडारां अते सत्संग प्रोग्राम रद्द कर दित्ते गए सी, जिस तों बाद हालातां नूं देखते हुए समें-समें ते डेरे नूं बंद रखण दीआं तरीकां विच वाधा कीता जांदा रिहा है। श्रद्धालु उत्सुक सन कि 31 मार्च नूं डेरा खुल्लण ते ओह इत्थे आ सकणगे। ਤਾਂ ਇਸ ਦੌਰਾਨ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਤੇ ਡੇਰਾ ਬਿਆਸ ਦੀ ਵੈਬਸਾਈਟ ਰਾਹੀਂ ਟਰਸਟ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੋਵਿਡ-19 ਮਹਾਮਾਰੀ ਕਰਕੇ ਪੈਦਾ ਹੋਏ ਸਿਹਤ ਸੰਬੰਧੀ ਸੰਕਟ ਨੂੰ ਦੇਖਦੇ ਹੋਏ ਫੈਸਲਾ ਕੀਤਾ ਗਿਆ ਹੈ ਕਿ 31 ਮਈ 2021 ਤੱਕ ਡੇਰਾ ਬਿਆਸ ਅਤੇ ਭਾਰਤ ਦੇ ਦੂਸਰੇ ਸਾਰੇ ਕੇਂਦਰਾਂ ਵਿੱਚ ਸਤਸੰਗ ਪ੍ਰੋਗਰਾਮ ਰੱਦ ਰਹਿਣਗੇ। ਡੇਰਾ ਬਿਆਸ ਸੰਗਤ ਅਤੇ ਸੈਲਾਨੀਆਂ ਲਈ ਵੀ 31 ਮਈ 2021 ਤੱਕ ਬੰਦ ਰਹੇਗਾ ਅਤੇ ਸੰਗਤ ਦੇ ਰਹਿਣ ਲਈ ਕੋਈ ਥਾਂ ਉਪਲਬਧ ਨਹੀਂ ਹੋਵੇਗੀ। ਇਹ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ ਜਲੰਧਰ ਦੇ ਸਾਈਂਦਾ ਸਕੂਲ ਦੀਆਂ ਨੇ, ਜਿੱਥੇ ਕੁਝ ਲੋਕਾਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਤੇ ਕਿਸੇ ਹੋਰ ਮਹਿਲਾ ਨਾਲ ਨਜਾਇਜ਼ ਸਬੰਧ ਹੋਣ ਦੇ ਆਰੋਪ ਲਗਾਏ ਜਾ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਪਰਿਵਾਰ ਵੱਲੋਂ ਮਹਿਲਾ ਦੇ ਸਕੂਲ ਪ੍ਰਿੰਸੀਪਲ ਨਾਲ ਨਜਾਇਜ਼ ਸਬੰਧ ਹੋਣ ਦੀ ਗੱਲ ਆਖੀ ਗਈ ਹੈ, ਜਿਨ੍ਹਾਂ ਨੂੰ ਪਰਿਵਾਰ ਵਾਲਿਆਂ ਨੇ ਦੇਰ ਰਾਤ ਸਾਈਂਦਾ ਸਕੂਲ 'ਚ ਇਕੱਠੇ ਫੜਿਆ ਹੈ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ ਅਤੇ ਭੀੜ ਨੂੰ ਸ਼ਾਂਤ ਕਰਾਇਆ। ਔਰ ਉਹਨਾਂ ਨੇ ਅੱਜ ਸਾਨੂੰ ਜਿੱਦਾਂ ਹੀ ਉਹਨਾਂ ਨੇ ਦੇਖਿਆ ਤੇ ਸਾਨੂੰ ਇਹ ਸੂਚਨਾ ਦਿੱਤੀ। ਅਸੀਂ ਭਾਅ ਜੀ 6:30 ਵਜੇ ਮੌਕੇ 'ਤੇ ਪਹੁੰਚ ਚੁੱਕੇ ਸੀ। ਅਸੀਂ 6:30 ਵਜੇ ਮੌਕੇ 'ਤੇ ਪਹੁੰਚੇ ਜੀ। ਪਹਿਲਾਂ ਤਾਂ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਅਸੀਂ ਅੰਦਰ ਗਏ, ਅੰਦਰ ਜਾ ਕੇ ਜਦੋਂ ਦੇਖਿਆ ਪ੍ਰਿੰਸੀਪਲ ਦੀ ਕਾਰ ਉਹਨਾਂ ਦੇ ਦਫ਼ਤਰ ਦੇ ਬਾਹਰ ਹੀ ਖੜੀ ਸੀ ਔਰ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਿਆ। ਪੁਲਿਸ ਪ੍ਰਸ਼ਾਸਨ ਕਹਿੰਦਾ ਕਿ ਇੱਥੇ ਕੋਈ ਨਹੀਂ ਹੈ। ਉੱਥੇ ਦਾ ਪ੍ਰਿੰਸੀਪਲ ਦੇ ਜਿਹੜੇ ਪੀਅਨ ਹੈ ਉੱਪਰ ਰਹਿੰਦੇ ਆ, ਅੰਦਰ ਰਹਿੰਦੇ ਆ, ਉਹਨਾਂ ਨੇ ਵੀ ਇਹੀ ਕਿਹਾ ਕਿ ਇੱਥੇ ਕੋਈ ਨਹੀਂ ਹੈ। ਉਹਨਾਂ ਨਾਲ ਸਾਡੀ ਬਹਿਸ ਹੋਈ, ਉਸ ਬਹਿਸ ਤੋਂ ਬਾਅਦ ਪੁਲਿਸ ਥਾਣਾ ਸਾਨੂੰ ਇੱਥੇ ਲੈ ਕੇ ਆ ਗਈ 2-4 ਬੰਦਿਆਂ ਨੂੰ ਕਿ ਤੁਸੀਂ ਬੋਲਦੇ ਹੋ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਂਦੇ। ਜਦ ਵੀ ਅਸੀਂ ਕੋਈ ਨਹੀਂ ਕੀਤਾ ਔਰ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਇਹ ਵੀ ਕਿਹਾ, ਉੱਥੇ ਪੁਲਿਸ ਮੌਕੇ 'ਤੇ ਸੀਗੀ ਕਿ ਅੰਦਰ ਪੱਖੇ ਚੱਲ ਰਹੇ ਨੇ, ਇਹਦਾ ਮਤਲਬ ਕਿ ਪ੍ਰਿੰਸੀਪਲ ਅੰਦਰ ਹੀ ਹੈ। ਪਰ ਉਹ ਕਹਿੰਦੇ ਪੱਖਾ ਤਾਂ ਕਿਤੇ ਵੀ ਚੱਲਦਾ ਹੋ ਸਕਦਾ।
ਭਾਜੀ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪਰ ਮੈਨੂੰ ਲੱਗਦਾ ਕਿ ਜਦੋਂ ਪ੍ਰਿੰਸੀਪਲ ਨੇ ਆਉਣਾ ਹੋਣਾ ਜਾਂ ਪ੍ਰਿੰਸੀਪਲ ਨੇ ਜਦੋਂ ਬੁਲਾਇਆ ਹੋਣਾ ਉਹਨੇ ਕੈਮਰੇ ਬੰਦ ਕਰਾ ਦਿੱਤੇ ਹੋਣੇ। ਪ੍ਰਿੰਸੀਪਲ ਤੋਂ ਉੱਪਰ ਤਾਂ ਕੋਈ ਵੀ ਨਹੀਂ ਹੈ ਜੀ। ਜੀ ਡੇਢ ਦੋ ਘੰਟੇ ਬਾਅਦ ਪ੍ਰਿੰਸੀਪਲ ਅਤੇ ਆਪਣਾ ਪ੍ਰਸ਼ਾਸਨ ਆਇਆ, ਪੁਲਿਸ ਪ੍ਰਸ਼ਾਸਨ ਨੇ ਆ ਕੇ ਕਾਰਵਾਈ ਕੀਤੀ ਔਰ SHO ਸਾਹਿਬ ਵੱਡੇ ਉੱਚ ਅਧਿਕਾਰੀ ਆਏ, BJP ਦੇ ਜ਼ਿਲ੍ਹਾ ਪ੍ਰਧਾਨ ਆਏ ਔਰ BJP ਦੇ ਕਾਰਿਆਕਰਤਾ ਆਏ, ਉਹਨਾਂ ਦੇ ਦਬਾਅ 'ਤੇ ਆ ਕੇ ਇਹਨਾਂ ਨੇ ਕਾਰਵਾਈ ਕੀਤੀ ਅਤੇ ਉਸ ਤੋਂ ਬਾਅਦ ਤੋੜਿਆ ਗਿਆ। BJP ਵੱਲੋਂ ਜ਼ਿਲ੍ਹਾ ਅਧਿਕਾਰੀ ਪ੍ਰਿੰਸ ਜੀ ਔਰ ਆਪਣਾ ਨਿੱਕੂ ਜੀ ਔਰ ਕਾਫੀ ਕਾਰਿਆਕਰਤਾ ਜਿਹੜੇ ਸਪੋਰਟਰ ਹੈ, ਕਿਉਂਕਿ ਇਹ BJP ਕਾਰਿਆਕਰਤਾ ਹੈ ਜਿਹੜੇ ਆਪਣਾ ਇਹਨਾਂ ਦੇ ਜਿਹਨਾਂ ਦੀ ਭਰਜਾਈ ਫੜੀ ਗਈ ਹੈ ਜੀ। ਬਿਲਕੁਲ ਜੀ, ਮੈਂ ਆਪ ਇੱਕ ਸਰਕਾਰੀ ਮੁਲਾਜ਼ਮ ਹਾਂ, ਮੈਨੂੰ ਲੈ ਕੇ ਇੱਥੇ ਤੱਕ ਆ ਗਈ ਸੀ। ਮੈਨੂੰ ਦਬਾਅ ਵੀ ਬਹੁਤ ਪਾਇਆ ਕਿ ਤੂੰ ਉੱਚਾ ਬੋਲਦਾ, ਜਿੱਦਾਂ ਮੇਰੀ ਆਵਾਜ਼ ਅਜੇ ਵੀ ਉੱਚੀ ਹੈ ਅਤੇ ਮੈਨੂੰ ਇਹਨਾਂ ਨੇ ਘੱਟੋ ਘੱਟ ਅੱਧਾ ਘੰਟਾ ਬੁਲਾਇਆ ਭਾਜੀ ਮੌਕੇ 'ਤੇ। ਇੱਦਾਂ ਕਿ ਜਦੋਂ ਇੱਥੇ ਦੇ SHO ਅਡੀਸ਼ਨਲ SHO ਜੀ ਆਏ ਨੇ, ਉਹ ਮੌਕੇ 'ਤੇ ਆਏ ਨੇ, ਉਹਨਾਂ ਨੇ ਆ ਕੇ ਮੀਡੀਆ ਦੀ ਅਗਵਾਈ ਹੇਠ ਮੀਡੀਆ ਨੂੰ ਸਾਹਮਣੇ ਰੱਖਦੇ ਹੋਏ ਔਰ ਮੀਡੀਆ ਨੇ ਸਾਡਾ ਬਹੁਤ ਸਪੋਰਟ ਕੀਤਾ ਵਾ, ਮੀਡੀਆ ਨੇ ਉਹਨੂੰ ਕਵਰ ਕਰਦੇ ਹੋਏ ਤਦ ਜਾ ਕੇ ਤਾਲਾ ਤੋੜਿਆ, ਜਿਤਨੀ ਤੋੜੀ ਫਿਰ ਜਾ ਕੇ ਕਾਰਵਾਈ ਹੋਈ। ਸਰ ਅਸੀਂ ਬਲੈਕਮੇਲ ਦਾ ਕੋਈ ਨਹੀਂ ਕਹਿੰਦੇ ਕਿ ਬਲੈਕਮੇਲ ਕਰਦਾ ਸੀ ਕੀ ਨਹੀਂ ਕਰਦਾ ਸੀਗਾ, ਅਸੀਂ ਇਹ ਕਹਿੰਦੇ ਕਿ ਇਹਨਾਂ ਦੀ ਦੋਨਾਂ ਦੀ ਆਪਸ ਵਿੱਚ ਸੀ ਅਸੀਂ ਹੁਣ ਜੋ ਉਹਨਾਂ ਦੇ ਘਰ ਦੇ ਡਿਸੀਜ਼ਨ ਹੈ ਨਹੀਂ ਰੱਖਣਾ। ਨਹੀਂ ਸਰ, 32 ਜਨਕ 2.5 ਘੰਟੇ ਬਹੁਤ ਹੁੰਦੀ ਹੈ ਜੀ, 2.5 ਘੰਟੇ ਜੀ ਤਾਂ ਬੰਦਾ ਦੁਆਰ ਤੋਂ ਨਹਾ ਧੋ ਕੇ ਤਿਆਰ ਹੋ ਜਾਂਦਾ, ਉਹਨਾਂ ਨੇ ਤਾਂ ਆਪਣੇ ਘਰ ਲਿਆ ਸੀ ਜੋ ਕੁਝ ਕਰਨਾ ਹੋਏਗਾ, ਸਾਨੂੰ ਤਾਂ ਬੋਲਦੇ ਹੋਏ ਵੀ ਸ਼ਰਮ ਆਉਂਦੀ ਹੈ। ਉਹ ਆਪਣੇ ਰੈਡੀ ਸੀਗੇ, ਬਸ ਉਹਨਾਂ ਨੂੰ ਇਹ ਸੀਗਾ ਕਿ ਹੁਣ ਸਾਨੂੰ ਸਿਕਿਉਰਿਟੀ ਵਿੱਚ ਬਾਹਰ ਲਿਜਾਇਆ ਜਾਵੇ ਤਾਂ ਕਿ ਕੋਈ ਕੁੱਟਮਾਰ ਨਾ ਹੋ। ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਵੀ ਇੱਦਾਂ ਕੋਈ ਸਾਇੰਦਾ ਸਕੂਲ ਦੇ ਵਿੱਚ ਮੇਲ ਅਤੇ ਇੱਕ ਫੀਮੇਲ ਹੈਗੇ ਆ, ਅਤੇ ਅਸੀਂ ਉੱਥੇ ਮੌਕੇ 'ਤੇ ਗਏ ਹਾਂ ਅਤੇ ਉੱਥੇ ਦੇਖਿਆ ਵੀ ਉਹ ਬੈਠੇ ਸੀਗੇ ਅਤੇ ਉਹਨਾਂ ਨੂੰ ਲੈ ਕੇ ਅਸੀਂ ਆਏ ਹਾਂ ਥਾਣੇ, ਅਤੇ ਅਰੇ ਹੁਣ ਸਾਨੂੰ ਕੰਪਲੇਂਟ ਦੇ ਰਹੇ ਹੈ ਅਤੇ ਉਹ ਕੰਪਲੇਂਟ ਦੇ ਅਕੋਰਡਿੰਗ ਜੋ ਵੀ ਕਾਰਵਾਈ ਬਣਦੀ ਹੈ ਇਨਵੈਸਟੀਗੇਟ ਕਰਕੇ ਦੇਖ ਲਈਏ। ਸਰ ਇਹ ਕਿਹਾ ਜਾ ਰਿਹਾ ਕਿ ਸਾਇੰਦਾ ਸਕੂਲ ਦੇ ਪ੍ਰਿੰਸੀਪਲ ਸੀਗੇ ਕਿਸੇ ਹੋਰ ਸਕੂਲ ਦੀ ਟੀਚਰ ਨੇ, ਅਤੇ ਜਿਹੜੇ ਟੀਚਰ ਸੀ ਉਸਦੇ ਘਰਦਿਆਂ ਨੇ ਉਸਦੇ ਤਫਤੀਸ਼ ਕਰ ਲਾਂਗੇ ਅਤੇ ਜੋ ਵੀ ਦੱਸ ਸਾਹਮਣੇ ਆਉਣਗੇ ਉਹਦੇ ਬੋਲਿੰਗ ਕਰਾਂਗੇ ਕਰ ਦਾਂਗੇ। ਦੇਖੋ ਇਹਦੇ ਸੰਬੰਧੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ, ਅਤੇ ਜੇਕਰ ਅਸੀਂ ਗੱਲ ਕਰੀਏ ਇਹ ਵੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਨਹੀਂ ਇਸ ਸੰਬੰਧ ਸਾਡੇ ਕੋਲ ਕੋਈ ਗੱਲ ਕੰਪਲੇਂਟ ਨਹੀਂ ਨਾ ਨਹੀਂ ਇਹਦੇ ਸੰਬੰਧ ਸਾਨੂੰ ਨਹੀਂ ਪਤਾ। ਉਹ ਲੈ ਕੇ ਆਉਣਾ ਸੀ, ਉਹਨੂੰ ਵੈਰੀਫਾਈ ਕਰਦੇ, ਸਾਨੂੰ ਕੰਪਲੇਂਟ ਦੇ ਰਹੇ ਹਾਂ, ਕੰਪਲੇਂਟ ਦੇ ਅਕੋਰਡਿੰਗ ਜੋ ਕਾਰਵਾਈ ਹੋਊਗੀ ਦੇਖ ਲਓ। ਉੱਥੇ ਮੀਡੀਆ ਵਾਲਾ ਰਸ਼ ਸੀਗਾ ਕਾਫੀ, ਉਹ ਰਸ਼ ਦੇ ਨਾਲ ਥੋੜ੍ਹਾ ਬਹੁਤਾ ਧੱਕਾ ਲੱਗ ਗਿਆ। ਅਸੀਂ ਇੱਦਾਂ ਦੀ ਕੋਈ ਗੱਲ ਨਹੀਂ ਕੀਤੀ ਹੈ, ਜੋ ਬਣਦੀ ਹੋਏਗੀ ਉਹਨਾਂ ਦੇ ਕੰਪਲੇਂਟ ਦੇ ਅਕੋਰਡਿੰਗ ਕਰਾਂਗੇ ਜੀ। ਸਰ ਆਖਰੀ ਗੱਲ ਇਹ ਹੈ ਕਿ ਜਦੋਂ ਉੱਥੋਂ ਸਾਰੇ ਪਰਿਜਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀਗਾ ਅਤੇ ਕਾਫੀ ਤੱਕਾਮੁਸੀ ਵੀ ਹੋਈ, ਹੱਥੋਪਾਈ ਵੀ ਹੋਈ ਹੈ? ਨਹੀਂ ਹੱਥੋਪਾਈ ਕੋਈ ਨਹੀਂ ਹੋਈ, ਜੋ ਮੀਡੀਆ ਸੀਗਾ ਰਸ਼ ਜ਼ਿਆਦਾ ਸੀਗਾ ਉਹਦੇ ਕਰਕੇ ਇੱਕ ਦੂਜੇ ਨਾਲ ਮਾਰਨ ਦਾ ਤੱਕਾਮੁਸੀ ਹੋਇਆ। ਪੰਜਾਬ ਸਰਕਾਰ ਐਕਸ਼ਨ 'ਚ ਹੈ। ਪੰਜਾਬ 'ਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਵਿਡ ਰਿਵਿਊ ਮੀਟਿੰਗ ਜਾਰੀ ਹੈ। ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਕੋਰੋਨਾ ਹਾਲਾਤਾਂ ਨੂੰ ਲੈ ਕੇ ਜ਼ਿਲ੍ਹਿਆਂ ਦੇ SSPs, DCs, ਹੈਲਥ ਅਤੇ ਕਈ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਅਤੇ ਇਸ ਮੀਟਿੰਗ ਤੋਂ ਬਾਅਦ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ। ਫੀਡਬੈਕ ਲੈਣ ਮਗਰੋਂ ਸੂਬੇ ਵਿੱਚ ਸਖਤੀ ਵੀ ਵਧਾਈ ਜਾ ਸਕਦੀ ਹੈ। CM ਕੈਪਟਨ ਦੇ ਮੀਡੀਆ ਸਲਾਹਕਾਰ ਨਵੀਨ ਠੁਕਰਾਲ ਨੇ ਟਵੀਟ ਕਰਕੇ ਲਿਖਿਆ ਹੈ ਕਿ CM ਕੈਪਟਨ ਦੀ ਕੋਵਿਡ ਰਿਵਿਊ ਮੀਟਿੰਗ ਜਾਰੀ ਹੈ ਤੇ ਇਸ ਮੀਟਿੰਗ ਤੋਂ ਬਾਅਦ ਕੋਰੋਨਾ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਕਈ ਹੋਰ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਜਾ ਸਕਦੀਆਂ ਨੇ। ਦੱਸ ਦਈਏ ਕਿ ਕੈਪਟਨ ਨੇ ਬੀਤੇ ਦਿਨ ਹੀ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਹੋਰ ਸਖਤੀ ਕਰਨ ਦੇ ਨਿਰਦੇਸ਼ ਦਿੱਤੇ ਸਨ ਅਤੇ ਅੱਜ ਉਹਨਾਂ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਸਮੂਹ ਜ਼ਿਲ੍ਹਿਆਂ ਦੇ ਸਮੂਹ DCs, SSP ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੋਵਿਡ ਰਿਵਿਊ ਮੀਟਿੰਗ ਕੀਤੀ ਜਾ ਰਹੀ ਹੈ।
ਕੋਰੋਨਾ ਦੌਰਾਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀਆਂ ਕਿਤੇ ਨਾ ਕਿਤੇ ਧੱਜੀਆਂ ਉੱਡਦੀਆਂ ਜ਼ਰੂਰ ਵਿਖਾਈ ਦਿੰਦੀਆਂ ਨੇ। ਜ਼ਿਲ੍ਹਾ ਰੂਪਨਗਰ ਵਿੱਚ ਲਗਾਤਾਰ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਜ਼ਿਲ੍ਹੇ ਅੰਦਰ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਨਾਈਟ ਕਰਫਿਊ ਦੇ ਪਹਿਲੇ ਦਿਨ ਹੀ ਰੂਪਨਗਰ ਪੁਲਿਸ ਵੱਲੋਂ ਕਰਫਿਊ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਾਇਆ ਗਿਆ, ਪਰੰਤੂ ਜਿੱਥੇ ਪੁਲਿਸ ਵੱਲੋਂ ਸ਼ਹਿਰ 'ਚ ਰਾਤ 9 ਵਜੇ ਦੁਕਾਨਾਂ ਨੂੰ ਪੂਰਨ ਤੌਰ ਤੇ ਬੰਦ ਕਰਾ ਦਿੱਤਾ ਗਿਆ, ਉੱਥੇ ਇਸ ਦੇ ਉਲਟ ਸ਼ਰਾਬ ਦੇ ਠੇਕੇ ਪਹਿਲਾਂ ਵਾਂਗ ਹੀ ਖੁੱਲ੍ਹੇ ਦਿਖਾਈ ਦਿੱਤੇ। ਨਾਈਟ ਕਰਫਿਊ ਦੌਰਾਨ ਖੁਦ ਥਾਣਾ ਸਿਟੀ ਰੂਪਨਗਰ ਦੇ SHO ਪ੍ਰਸ਼ਾਸਨ ਦੇ ਹੁਕਮਾਂ ਨੂੰ ਲਾਗੂ ਕਰਾਉਂਦੇ ਦਿਖਾਈ ਦਿੱਤੇ। ਨਾਈਟ ਕਰਫਿਊ ਦੌਰਾਨ ਜਿੱਥੇ ਸਾਰਾ ਬਾਜ਼ਾਰ 9 ਵਜੇ ਬੰਦ ਹੋ ਗਿਆ, ਉੱਥੇ ਹੀ ਸ਼ਰਾਬ ਦੇ ਠੇਕੇ ਲਗਾਤਾਰ ਖੁੱਲ੍ਹੇ ਦਿਖਾਈ ਦਿੱਤੇ ਗਏ। ਆਪਣੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਮਗਰੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਿੱਲੀ ਰਵਾਨਾ ਹੋ ਗਏ। ਸੂਤਰਾਂ ਅਨੁਸਾਰ ਉੱਥੇ ਉਹ ਅਗਲੇ ਕੁਝ ਦਿਨਾਂ ਲਈ ਇਕਾਂਤਵਾਸ ਤਹਿਤ ਇੱਕ ਨਿੱਜੀ ਹੋਟਲ ਵਿੱਚ ਰਹਿਣਗੇ। ਸਿਵਲ ਹਸਪਤਾਲ ਬਾਦਲ ਦੇ ਅਮਲੇ ਵੱਲੋਂ ਸਾਬਕਾ ਮੁੱਖ ਮੰਤਰੀ ਦੀ RT-PCR ਕੋਵਿਡ ਸੈਂਪਲ ਲਿਆ ਗਿਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਮਗਰੋਂ ਬਾਦਲ ਪਰਿਵਾਰ ਦੀ ਰਿਹਾਇਸ਼ ਦਾ ਰਸੋਈ ਦਾ ਮੁਖੀ, ਉਸਦਾ ਲੜਕਾ ਅਤੇ ਇੱਕ ਸਫਾਈ ਸੇਵਕ ਵੀ ਕੋਰੋਨਾ ਪੀੜਿਤ ਪਾਏ ਗਏ ਸਨ, ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਹਸਪਤਾਲ ਭਰਤੀ ਹੋਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਗਲੇ ਕੁਝ ਦਿਨਾਂ ਲਈ ਇਕਾਂਤਵਾਸ ਤਹਿਤ ਇੱਕ ਨਿੱਜੀ ਹੋਟਲ ਵਿੱਚ ਰਹਿਣਗੇ। ਪੰਜਾਬ 'ਚ ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਅੱਜ ਅਹਿਮ ਫੈਸਲੇ ਲਏ ਨੇ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਉੱਚ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਬੈਠਕ ਦੇ ਦੌਰਾਨ ਸਖਤੀ ਦੇ ਹੁਕਮ ਜਾਰੀ ਕੀਤੇ ਨੇ। ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਹੁਣ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੀ ਰਾਤ 9 ਵਜੇ ਤੋਂ ਕਰਫਿਊ ਲੱਗੇਗਾ। 31 ਮਾਰਚ ਤੱਕ ਸੂਬੇ ਦੇ ਸਾਰੇ ਸਕੂਲ ਕਾਲਜ ਬੰਦ ਰਹਿਣਗੇ। ਇਸ ਦੇ ਨਾਲ ਮੈਡੀਕਲ ਕਾਲਜਾਂ ਨੂੰ ਛੋਟ ਰਹੇਗੀ। ਇਸ ਦੇ ਨਾਲ ਹੀ ਸਰਕਾਰ ਸਰਕਾਰੀ ਸਕੂਲ ਕਾਲਜਾਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਾਉਣ ਦੀ ਵੀ ਤਿਆਰੀ ਕਰ ਰਹੀ ਹੈ। ਸਿਨੇਮਾ ਹਾਲ 'ਚ ਦਰਸ਼ਕਾਂ ਦੀ ਬੈਠਣ ਦੀ ਸਮਰੱਥਾ 50% ਤੱਕ ਸੀਮਤ ਕੀਤੀ ਗਈ ਹੈ। ਮਾਲਸ ਵਿੱਚ 100 ਵਿਅਕਤੀ ਦੀ ਸਮਰੱਥਾ ਰੱਖੀ ਗਈ ਹੈ। ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਰਾਤ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਕਰਫਿਊ ਹੋਵੇਗਾ। ਕੋਰੋਨਾ ਦੇ ਮਾਮਲੇ ਲਗਾਤਾਰ ਵਧਣ ਕਰਕੇ ਪੰਜਾਬ ਸਰਕਾਰ ਵੱਲੋਂ ਰਾਤ 9 ਵਜੇ ਤੋਂ ਸਵੇਰ ਦੇ 5 ਵਜੇ ਤੱਕ ਜੋ ਨਾਈਟ ਕਰਫਿਊ ਦਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਸੀ, ਉਹ ਹੁਕਮ ਮੈਡੀਕਲ ਸਟੋਰਾਂ ਅਤੇ ਹਸਪਤਾਲਾਂ ਤੇ ਲਾਗੂ ਨਹੀਂ ਹੋਣਗੇ। ਵਿਆਹ ਸਮਾਗਮ ਵਿੱਚ ਵੀ 20 ਤੋਂ ਵਧੇਰੇ ਵਿਅਕਤੀ ਹਿੱਸਾ ਨਹੀਂ ਲੈ ਸਕਣਗੇ।